ਗੱਲ ਕਰਦੇ ਇੱਕ ਹੋਰ ਗਵਰਨਮੈਂਟ ਜੌਬ ਦੀ ਔਰ ਤੁਸੀਂ ਦੇਖ ਸਕਦੇ ਹੋ ਸਾਡੇ ਇਸ ਚੈਨਲ ਤੇ ਜਿਹੜਾ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਕਿ ਤੁਹਾਨੂੰ ਗਵਰਨਮੈਂਟ ਜੌਬ ਦੀ ਜਿਹੜੀ ਨਿਊਜ਼ ਅਪਡੇਟ ਮਿਲਦੇ ਰਹਿੰਦੇ ਆ ਔਰ ਅੱਜ ਵੱਡੀ ਜੌਬ ਜਿਹੜੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ ਪਲੱਸ 2 ਪਾਸ ਹੀ ਜਿਹੜੀ ਵੈਕੈਂਸੀ ਇਹ ਦਿੱਤੀ ਗਈ ਹੈ ਔਰ ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਮਿਲ ਜਾਏਗੀ ਜੋ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਇੰਪੋਰਟੈਂਟ ਨੋਟਸ ਜਿਹੜਾ ਐ SSC ਵੱਲੋਂ ਜਿਹੜਾ ਦਿੱਤਾ ਗਿਆ ਸਟਾਫ ਸਿਲੈਕਸ਼ਨ +2 ਲੈਵਲ ਦਾ ਐਗਜ਼ਾਮ 2019 ਜਿਹੜਾ ਲੈਣ ਜਾ ਰਹੇ ਨੇ ਔਰ ਪੋਸਟ ਹੋਏਗੀ ਕਲਰਕ ਦੀ ਹੋਏਗੀ ਇਸ ਤੋਂ ਇਲਾਵਾ ਕੁਝ ਹੋਰ ਪੋਸਟਾਂ ਹੋਣਗੀਆਂ ਠੀਕ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਪੋਸਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਕੈਂਡੀਡੇਟ ਆਫ ਦਾ ਕੰਬਾਈਨ ਹਾਇਰ ਸਕੈਂਡਰੀ +2 ਲੈਵਲ ਐਗਜ਼ਾਮੀਨੇਸ਼ਨ 2019 ਆਰ ਨੀਅਰ ਵੇ ਐਡਵਾਈਸ ਇਨ देयर ਆਵਰ ਇੰਟਰਸਟ ਔਰ ਜਿੰਨੇ ਵੀ ਇੰਟਰਸਟ ਕੈਂਡੀਡੇਟਸ ਸਬਮਿਟ देयर ਆਨਲਾਈਨ ਅਪਲੀਕੇਸ਼ਨ ਮੱਚ ਬਿਫੋਰ ਦੀ ক্লোজিং ਡੇਟ ਔਰ 10 1 2020 ਤੋਂ ਔਰ ਪਹਿਲਾ ਪਹਿਲਾ ਤੁਸੀਂ ਜਿਹੜਾ ਕਰ ਸਕਦੇ ਹੋ ਬੇਟਲ ਔਰ ਬੇਟ ਨਹੀਂ ਕਰੋਗੇ ਠੀਕ ਹੈ ਲਾਸਟ ਡੇਟ ਦੀ ਬੇਟ ਨਹੀਂ ਕਰਨੀ ਹੋਏਗੀ ਔਰ ਜਲਦੀ ਤੁਸੀਂ ਇਹਨਾਂ ਅਪਲਾਈ ਕਰ ਸਕਦੇ ਹੋ ਸਬਮਿਸ਼ਨ ਔਰ ਕਲਰਕ ਦੀ ਵੈਕੈਂਸੀ ਹੋਗੀ ਕਾਫੀ ਵੱਡੀ ਠੀਕ ਹੈ ਜੋ ਕਿ ਪਲੱਸ 2 ਪਾਸ ਲਈ ਜਿਹੜੀ ਹੈਗੀ ਹੈ ਔਰ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਪੂਰੀ ਡਿਟੇਲ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਆਨਲਾਈਨ ਹੀ ਅਪਲਾਈ ਹੋਏਗਾ ਠੀਕ ਹੈ ਔਰ ਬਹੁਤ ਹੀ ਵਧੀਆ ਜਿਹੜਾ ਮੌਕਾ ਜਿਹੜਾ ਦਿੱਤਾ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਪਲੱਸ 2 ਕਲਾਸ ਦੇ ਪਰ ਮਹੀਤੀ ਜਿਹੜੀ ਸੈਲਰੀ ਤੁਹਾਨੂੰ ਇੱਥੇ ਮਿਲ ਜਾਗੀ ਔਰ ਏਜ ਜਿਹੜੀ ਰਹੇਗੀ 18 ਤੋਂ ਲੈ ਕੇ ਔਰ ਮੈਕਸਿਮਮ ਜਿਹੜੀ 40 ਏਜ ਜਿਹੜੀ ਰੱਖੀ ਜਾਂਦੀ ਹੈ ਠੀਕ ਹੈ ਜੀ ਆਸਕੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਬਾਏ